ਜਲੰਧਰ ਦੇ ਮਾਡਲ ਟਾਊਨ ਗੋਲ ਮਾਰਕੀਟ ਇਲਾਕੇ ਦੇ ਵਿੱਚ ਉਸ ਵੇਲੇ ਮਾਹੌਲ ਗਰਮਾ ਗਿਆ ਜਿਸ ਵੇਲੇ ਇੱਕ ਨੌਜਵਾਨ ਜਿਸ ਦੇ ਵੱਲੋਂ ਸਿਰ ਤੇ ਪੀਲਾ ਪਰਨਾ ਬੰਨ ਕੇ ਸੀਰੀ ਸਾਹ ਪਾ ਕੇ ਮਹਿਲਾ ਦੇ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ। ਮੌਕੇ ਦੇ ਉੱਤੇ ਜ਼ੋਮੈਟੋ ਦੀ ਡਿਲੀਵਰੀ ਦੇਣ ਜਾ ਰਹੇ ਨੌਜਵਾਨ ਦੇ ਵੱਲੋਂ ਉਕਤ ਦੋਸ਼ੀ ਨੂੰ ਫੜਿਆ ਗਿਆ ਤਾਂ ਮੌਕੇ 'ਤੇ ਲੋਕਾਂ ਨੇ ਜਦੋਂ ਉਸ ਨੂੰ ਵੇਖਿਆ ਤਾਂ ਉਸਦੇ ਗਾਤਰਾ ਪਾਇਆ ਹੋਇਆ ਸੀ ਪਰ ਸਿਰੋਂ ਮੋਨਾ ਸੀ ਅਤੇ ਪੀਲੇ ਰੰਗ ਦਾ ਪਰਨਾ ਸਿਰ 'ਤੇ ਬੰਨ੍ਹ ਕੇ ਸਿੱਖੀ ਸਰੂਪ ਦੇ ਵਿੱਚ ਲੁੱਟਖੋਰ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋਣ ਵਾਲਾ ਸੀ ਤਾਂ ਮੌਕੇ 'ਤੇ ਉਸ ਡਿਲੀਵਰੀ ਬੁਆਏ ਨੇ ਉਸ ਨੌਜਵਾਨ ਨੂੰ ਫੜ ਲਿਆ ਅਤੇ ਮਹਿਲਾ ਦਾ ਪਰਸ ਵਾਪਸ ਦਵਾਇਆ ਅਤੇ ਮਾਮਲਾ ਡਿਵੀਜ਼ਨ ਨੰਬਰ 6 ਦੇ ਵਿੱਚ ਪੈਂਦੀ ਗੋਲ ਮਾਰਕੀਟ ਪਹਿਲਾਂ ਭੱਜ ਗਏ ਫਿਰ ਦੁਬਾਰਾ ਫਿਰ ਫੜਿਆ। ਮੈਂ ਮਾਡਲ ਟਾਊਨ ਹੋਸਪਿਟਲ ਤੋਂ ਆਉਣਾ ਹੋਸਪਿਟਲ ਮੇਰੇ ਹਸਬੈਂਡ ਸੀਗੇ ਉਹਨਾਂ ਦੇ ਕੋਲ ਆ ਰਹੀ ਸੀਗੀ ਤੇ ਪਿੱਛੋਂ ਬਾਈਕ ਤੋਂ ਇਹ ਆਇਆ ਤੇ ਇਹਨੇ ਮੇਰਾ ਪੜਨਾ ਪੀਲਾ ਬੰਨਿਆ ਹੋਇਆ ਸੀਗਾ ਪੂਰਾ ਸਿੱਖੀ ਦੇ ਰੂਪ ਚ ਸੀਗਾ ਇਹ। ਅੱਛਾ ਜੀ। ਤੇ ਇਹਨੇ ਇਕਦਮ ਪਿੱਛੋਂ ਮੇਰਾ ਪਰਸ ਖੋਇਆ ਮੈਂ ਚਿਲਾਈ ਔਰ ਪਿੱਛੋਂ ਇੱਕ ਬਾਈਕ ਤੇ ਭਾਈ ਸਾਹਿਬ ਸੀਗੇ ਅੱਗੇ ਜ਼ੋਮੈਟੋ ਵਾਲੇ ਭਾਈ ਸਾਹਿਬ ਤੇ ਇਹਨਾਂ ਨੇ ਬਾਈਕ ਇਹਨਾਂ ਦਾ ਪਿੱਛਾ ਕੀਤਾ ਇਹਨਾਂ ਨੇ ਫੜਿਆ ਇੱਥੇ ਅੱਗੇ ਫੋਰਚੂਨ ਗੱਡੀ ਆ ਗਈ ਨਾ ਇਹਨਾਂ ਨੇ ਪਿੱਛੋਂ ਫਿਰ ਫੜ ਲਿਆ। ਨਹੀਂ ਇਹਨਾਂ ਨੇ ਬਾਣਾ ਪਾਇਆ ਸੀਗਾ ਜੀ ਉਸ ਵੇਲੇ ਮਤਲਬ ਪਰਨਾ ਯੈਲੋ ਬੰਨਿਆ ਹੋਇਆ ਪਰਨਾ ਪਰਨਾ ਲੈ ਬੈਠੇ ਆ। ਜਲੰਧਰ ਦਾ ਮੁੱਖ ਸੇਵਾਦਾਰ ਆ ਜੀ। ਮੈਨੂੰ ਇੱਥੋਂ ਕਾਲ ਆਈ ਸੀ ਹੁਣੇ ਕਿ ਇੱਕ ਬੰਦਾ ਫੜਿਆ ਜੀ ਜਿਹੜਾ ਲੁੱਟਾਂ ਖੋਹਾਂ ਦੀ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ। ਉਹ ਇੱਕ ਅਲੱਗ ਆਪਾਂ ਇਸ ਕਰਕੇ ਆਇਆ ਵੀ ਇਹ ਗੁਰੂ ਦੇ ਬਾਣੇ ਨੂੰ ਬਦਨਾਮ ਕਰ ਰਿਹਾ ਜੀ। ਇਹੋ ਜਿਹੇ ਸ਼ਰਾਰਤੀ ਅੰਦਰ ਹੁਣ ਸਾਨੂੰ ਪਤਾ ਨਹੀਂ ਵੀ ਇਹਨੂੰ ਕਿੰਨੇ ਭੇਜਿਆ ਕਿੰਨੇ ਤਿਆਰ ਕੀਤਾ ਵੀ ਮੈਂ ਬਾਣਾ ਪਾ ਕੇ ਬਾਣੇ ਦੀ ਬਦਨਾਮੀ ਕਰ ਇਹੋ ਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ। ਬਹੁਤ ਜ਼ਿਆਦਾ ਨਿੰਦਣਯੋਗ ਘਟਨਾ ਹੁਣ ਅਸੀਂ ਦੇਖਦੇ ਹਾਂ ਅੱਗੇ ਇਹਦਾ ਕੀ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹਦੇ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਦੋਸ਼ੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸ਼ਿਲਮਨ ਜੀ ਕਿਹੜੇ ਥਾਣੇ ਲੈ ਕੇ ਜਾਇਆ ਜਾ ਰਿਹਾ ਸਰ? ਕੀ ਇਨਫੋਰਮੇਸ਼ਨ ਕੀ ਆਈ ਸੀ? ਪਰਸ ਸਨੈਚ ਕੀਤਾ ਇੱਕ ਲੇਡੀ ਦਾ ਔਰ ਰਾਣਾ ਹਸਪਤਾਲ ਲੱਗੇ। ਅੱਛਾ ਜੀ। ਕੰਪਲੇਂਟਡ ਕੌਣ ਨੇ ਕੀ ਨਾਮ ਹੈ ਜੀ ਉਹਨਾਂ ਦਾ? ਮੈਡਮ ਆਪਾਂ ਨੂੰ ਨਾਮ ਨਹੀਂ ਪਤਾ। ਅੱਛਾ ਜੀ। ਪਰਸ ਵਗੈਰਾ ਮਿਲ ਗਿਆ ਸਰ ਇਹਦੇ ਕੋਲੋਂ? ਪਰਸ ਉਹਨਾਂ ਮਿਲ ਗਿਆ। ਠੀਕ ਹੈ। ਉਹ ਥਾਣੇ ਆ ਰਹੇ ਲੇਡੀ। ਨਹੀਂ ਕੈਸ਼ ਵਗੈਰਾ ਕੱਢ ਲਿਆ ਗਿਆ ਸੀ ਜੀ? ਜਲੰਧਰ ਦੇ ਮਾਡਲ ਟਾਊਨ ਗੋਲ ਮਾਰਕੀਟ ਇਲਾਕੇ ਦੇ ਵਿੱਚ ਉਸ ਵੇਲੇ ਮਾਹੌਲ ਗਰਮਾ ਗਿਆ ਜਿਸ ਵੇਲੇ ਇੱਕ ਨੌਜਵਾਨ ਜਿਸ ਦੇ ਵੱਲੋਂ ਸਿਰ ਤੇ ਪੀਲਾ ਪਰਨਾ ਬੰਨ ਕੇ ਸੀਰੀ ਸਾਹ ਪਾ ਕੇ ਮਹਿਲਾ ਦੇ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ। ਮੌਕੇ ਦੇ ਉੱਤੇ ਜ਼ੋਮੈਟੋ ਦੀ ਡਿਲੀਵਰੀ ਦੇਣ ਜਾ ਰਹੇ ਨੌਜਵਾਨ ਦੇ ਵੱਲੋਂ ਉਕਤ ਦੋਸ਼ੀ ਨੂੰ ਫੜਿਆ ਗਿਆ ਤਾਂ ਮੌਕੇ 'ਤੇ ਲੋਕਾਂ ਨੇ ਜਦੋਂ ਉਸ ਨੂੰ ਵੇਖਿਆ ਤਾਂ ਉਸਦੇ ਗਾਤਰਾ ਪਾਇਆ ਹੋਇਆ ਸੀ ਪਰ ਸਿਰੋਂ ਮੋਨਾ ਸੀ ਅਤੇ ਪੀਲੇ ਰੰਗ ਦਾ ਪਰਨਾ ਸਿਰ 'ਤੇ ਬੰਨ੍ਹ ਕੇ ਸਿੱਖੀ ਸਰੂਪ ਦੇ ਵਿੱਚ ਲੁੱਟਖੋਰ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋਣ ਵਾਲਾ ਸੀ ਤਾਂ ਮੌਕੇ 'ਤੇ ਉਸ ਡਿਲੀਵਰੀ ਬੁਆਏ ਨੇ ਉਸ ਨੌਜਵਾਨ ਨੂੰ ਫੜ ਲਿਆ ਅਤੇ ਮਹਿਲਾ ਦਾ ਪਰਸ ਵਾਪਸ ਦਵਾਇਆ ਅਤੇ ਮਾਮਲਾ ਡਿਵੀਜ਼ਨ ਨੰਬਰ 6 ਦੇ ਵਿੱਚ ਪੈਂਦੀ ਗੋਲ ਮਾਰਕੀਟ। ਦੁਬਾਰਾ ਫੇਰ ਮੋਟਰਸਾਈਕਲ ਲੈਣਾ
ਫੇਰ ਦੁਬਾਰਾ ਫੇਰ ਕੱਲਾ ਹੀ ਸੀਗਾ, ਪਹਿਲਾਂ ਭੱਜ ਗਏ ਫੇਰ ਦੁਬਾਰਾ ਫੇਰ ਫੜਿਆ। ਮੈਂ ਮਾਡਲ ਟਾਊਨ ਹੋਸਪਿਟਲ ਤੋਂ ਰਾਣਾ ਹੋਸਪਿਟਲ ਮੇਰੇ ਹਸਬੈਂਡ ਸੀਗੇ ਉਹਨਾਂ ਦੇ ਕੋਲ ਆ ਰਹੀ ਸੀਗੀ ਤੇ ਪਿੱਛੋਂ ਬਾਈਕ ਤੋਂ ਇਹ ਆਇਆ ਤੇ ਇਹਨੇ ਮੇਰਾ ਪੜਨਾ ਪੀਲਾ ਬੰਨਿਆ ਹੋਇਆ ਸੀਗਾ, ਪੂਰਾ ਸਿੱਖੀ ਦੇ ਰੂਪ ਚ ਸੀਗਾ ਇਹ। ਅੱਛਾ ਜੀ। ਤੇ ਇਹਨੇ ਇੱਕਦਮ ਪਿੱਛੋਂ ਮੇਰਾ ਪਰਸ ਖੋਇਆ, ਮੈਂ ਚਿਲਾਈ ਔਰ ਪਿੱਛੋਂ ਇੱਕ ਬਾਈਕ ਤੇ ਭਾਈ ਸਾਹਿਬ ਸੀਗੇ ਅੱਗੇ ਜੋਮੈਟੋ ਵਾਲੇ ਭਾਈ ਸਾਹਿਬ ਸੀ, ਇਹਨਾਂ ਨੇ ਬਾਈਕ ਇਹਨਾਂ ਦਾ ਪਿੱਛਾ ਕੀਤਾ, ਇਹਨਾਂ ਨੇ ਫੜਿਆ ਇੱਥੇ ਅੱਗੇ ਫੋਰਚੂਨ ਗੱਡੀ ਆ ਗਈ ਨਾ, ਇਹਨਾਂ ਨੇ ਪਿੱਛੋਂ ਫਿਰ ਫੜ ਲਿਆ। ਨਹੀਂ ਇਹਨਾਂ ਨੇ ਬਾਣਾ ਪਾਇਆ ਸੀਗਾ ਜੀ ਉਸ ਵੇਲੇ, ਮਤਲਬ ਪਰਨਾ ਯੈਲੋ ਬੰਨਿਆ ਹੋਇਆ ਪਰਨਾ ਪਰਨਾ ਲਪੇਟੇ ਆ। ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਸੰਸਕਾਰ ਕਮੇਟੀ ਪੰਜਾਬ ਦਾ ਜਲੰਧਰ ਦਾ ਮੁੱਖ ਸੇਵਾਦਾਰ ਆ ਜੀ। ਮੈਨੂੰ ਇੱਥੋਂ ਕਾਲ ਆਈ ਸੀ ਹੁਣੇ ਕਿ ਇੱਕ ਬੰਦਾ ਫੜਿਆ ਜੀ ਜਿਹੜਾ ਲੁੱਟਾਂ ਖੋਹਾਂ ਦੀ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ, ਉਹ ਇੱਕ ਅਲੱਗ ਆਪਾਂ ਇਸ ਕਰਕੇ ਆਏ ਵੀ ਇਹ ਗੁਰੂ ਦੇ ਬਾਣੇ ਨੂੰ ਬਦਨਾਮ ਕਰ ਰਿਹਾ ਜੀ। ਇਹੋ ਜਿਹੇ ਸ਼ਰਾਰਤੀ ਅੰਸਰ ਹੁਣ ਸਾਨੂੰ ਪਤਾ ਨਹੀਂ ਵੀ ਇਹਨੂੰ ਕਿੰਨੇ ਭੇਜਿਆ ਕਿੰਨੇ ਤਿਆਰ ਕੀਤਾ, ਵੀ ਮੈਂ ਬਾਣਾ ਪਾ ਕੇ ਬਾਣੇ ਦੀ ਬਦਨਾਮੀ ਕਰ ਇਹੋ ਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ। ਬਹੁਤ ਜ਼ਿਆਦਾ ਨਿੰਦਣਯੋਗ ਘਟਨਾ ਹੁਣ ਅਸੀਂ ਦੇਖਦੇ ਹਾਂ ਅੱਗੇ ਦਾ ਕੀ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਸੇ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਸ਼ਿਰਮਾਨ ਜੀ ਕਿਹੜੇ ਥਾਣੇ ਲੈ ਕੇ ਜਾਇਆ ਜਾ ਰਿਹਾ ਸਰ? ਕੀ ਇਨਫੋਰਮੇਸ਼ਨ ਕੀ ਆਈ ਸੀ ਜੀ? ਪਰਸ ਸਨੈਚ ਕੀਤਾ ਇੱਕ ਲੇਡੀ ਦਾ ਔਰ ਰਾਣਾ ਹਸਪਤਾਲ ਦੇ ਲੱਗੇ। ਅੱਛਾ ਜੀ। ਕੰਪਲੇਂਟਡ ਕੌਣ ਨੇ, ਕੀ ਨਾਮ ਹੈ ਜੀ ਉਹਨਾਂ ਦਾ? ਮੈਡਮ ਆਪਾਂ ਨਾਮ ਨਹੀਂ ਪਤਾ। ਅੱਛਾ ਜੀ। ਤੇ ਪਰਸ ਵਗੈਰਾ ਮਿਲ ਗਿਆ ਸਰ ਇਹਦੇ ਕੋਲੋਂ? ਪਰਸ ਉਹਨਾਂ ਮਿਲ ਗਿਆ। ਠੀਕ ਹੈ। ਉਹ ਥਾਣੇ ਆ ਰਹੇ ਲੇਡੀ? ਨਹੀਂ ਕੈਸ਼ ਵਗੈਰਾ ਕੱਢ ਲਿਆ ਗਿਆ ਸੀ ਜੀ ਇਹਦੇ ਵਿੱਚ ਜਰਾ ਕੁਝ ਮਿਲ ਗਿਆ ਤੇ ਮੌਕੇ ਤੇ ਫੜਿਆ ਗਿਆ ਬੰਦਾ। ਦੇਖ ਸਕਦੇ ਹੋ ਕਿ ਜਿਹੜੇ ਮੌਕੇ ਤੇ ਪਰਨਾ ਵੀ ਸੀਗਾ ਉਹ ਵੀ ਉਹਨਾਂ ਨੇ ਲੈ ਲਿਆ। ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ।